ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕਮਰਜੀਤ ਸਿੰਘ ਮੋਗਾ, ਬ੍ਰਿਟਿਸ਼ ਆਇਲਸ ਇੰਸਟੀਚਿਊਟ ਬਾਘਾ ਪੁਰਾਣਾ ਤੋਂ, ਤੇ ਅੱਜ ਮੇਰੇ ਨਾਲ ਕੋਮਲਪ੍ਰੀਤ ਪੈਂਡੇ ਨਾਲ ਰਾਜਣਾ, ਤੇ ਅੱਜ ਆਪਣੇ ਕੋਲ ਇਹਨਾਂ ਦਾ ਆਇਲਸ ਰਿਜ਼ਲਟ ਰਿਸੀਵ ਹੋਇਆ। ਓਵਰਆਲ ਕੋਮਲਪ੍ਰੀਤ ਦੇ 7 ਬੈਂਡ ਹੈਗੇ ਆ, ਲਿਸਨਿੰਗ ਚੋਂ 8 ਬੈਂਡ ਆਏ ਆ, ਰਾਜਣੇ ਤੋਂ ਬਿਲੋਂਗ ਕਰਦੇ ਹੈਗੇ ਆ। ਤਕਰੀਬਨ 2 ਮੰਥ ਵਿੱਚ ਇਹਨਾਂ ਨੇ ਸਾਰੀ ਤਿਆਰੀ ਕਰਕੇ ਸਟਾਰਟਿੰਗ ਤੋਂ ਲੈ ਕੇ ਬਿਗਨਿੰਗ ਤੋਂ ਲੈ ਕੇ ਇਹਨਾਂ ਨੇ ਤਕਰੀਬਨ 2 ਮੰਥ ਦੇ ਵਿੱਚ ਪੇਪਰ ਦਿੱਤਾ ਹੈਗਾ, ਤੇ ਫਸਟ ਅਟੈਂਪਟ ਦੇ ਵਿੱਚ ਹੀ ਬਹੁਤ ਅੱਛੇ ਜਿਹੜੇ ਬੈਂਡ ਸਕੋਰ ਆ, ਇਹ ਓਵਰਆਲ 7 ਲੈ ਕੇ ਆਏ ਆ। ਪ੍ਰੋਪਰ ਰੈਗੂਲਰ ਕਲਾਸਿਸ ਅਟੈਂਡ ਕੀਤੀਆਂ, ਸਾਰੇ ਟਿਪਸ ਐਂਡ ਟੈਕਨੀਕਸ ਨੂੰ ਫੋਲੋ ਕਰਨ ਤੋਂ ਬਾਅਦ ਵਿੱਚ ਅੱਜ ਆਪਾਂ ਨੂੰ ਬਹੁਤ ਅੱਛਾ ਰਿਜ਼ਲਟ ਰਿਸੀਵ ਹੋਇਆ। ਤੇ ਆਓ ਜਾਣਦੇ ਕੋਮਲਪ੍ਰੀਤ ਤੋਂ ਵੀ ਇਹਨੂੰ ਆਪਣੇ ਇੰਸਟੀਚਿਊਟ ਦਾ ਇਨਵਾਇਰਨਮੈਂਟ ਕਿਵੇਂ ਲੱਗਿਆ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਐਕਸਪੀਰੀਅੰਸ ਇਸ ਇੰਸਟੀਚਿਊਟ ਦੇ ਵਿੱਚ ਬਹੁਤ ਵਧੀਆ ਸੀ, ਬਿਕਾਜ਼ ਮੈਨੂੰ ਬਹੁਤ ਵਧੀਆ ਇਨਵਾਇਰਮੈਂਟ ਮਿਲਿਆ ਇੱਥੇ, ਤੇ ਟੀਚਰਸ ਵੀ ਆਲਮੋਸਟ ਬਹੁਤ ਵਧੀਆ ਸੀਗੇ। ਆਪਾਂ ਨੂੰ ਇੱਕ ਨਾਈਸ ਇਨਵਾਇਰਮੈਂਟ ਚਾਹੀਦਾ ਹੁੰਦਾ ਹਰੇਕ ਜਗ੍ਹਾ ਤੇ, ਜਿੱਥੇ ਆਪਾਂ ਨੂੰ ਟੀਚਰਸ ਦੀ ਸਮਝ ਵੀ ਆਵੇ ਤੇ ਆਪਾਂ ਆਪਣੇ ਡਾਊਟਸ ਵੀ ਪ੍ਰੋਪਰਲੀ ਕਲੀਅਰ ਕਰ ਸਕੀਏ। ਸੋ ਮੇਰੇ ਅਕੋਰਡਿੰਗ ਇੱਥੋਂ ਦਾ ਇਨਵਾਇਰਮੈਂਟ ਬਹੁਤ ਜ਼ਿਆਦਾ ਵਧੀਆ, ਟੀਚਰਸ ਵੀ ਬਹੁਤ ਨਾਈਸ ਨੇ। ਜੇ ਕੋਈ ਵੀ ਪ੍ਰੋਬਲਮ ਹੁੰਦੀ ਆ ਤਾਂ ਆਪਾਂ ਬੜੀ ਈਜ਼ੀਲੀ ਕਿਸੇ ਨਾਲ ਵੀ ਕੰਸਲਟ ਕਰ ਸਕਦੇ ਹਾਂ, ਬਟ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ। ਬਟ ਓਵਰਆਲ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਸੀ, ਸੋ ਮੈਂ ਸੁਜੈਸਟ ਕਰੂੰਗੀ ਵੀ ਤੁਸੀਂ ਵੀ ਸਾਰੇ ਵਿਜ਼ਿਟ ਕਰੋ ਤੇ ਇੱਥੋਂ ਆਪਣੇ ਆਇਲਸ ਸਕੋਰ ਅਚੀਵ ਕਰੋ। ਅਗਰ ਤੁਸੀਂ ਵੀ ਆਇਲਸ ਪੀਟੀ ਜਾਂ ਫਿਰ ਕੰਪਿਊਟਰ ਕੋਰਸ ਕਰਨਾ ਚਾਹੁੰਦੇ ਹੋ ਤੇ ਆਪਣੀ ਰਿਕੁਆਇਰਮੈਂਟ ਦੱਸ ਕੇ ਤੇ ਇੰਸਟੀਚਿਊਟ ਨੂੰ ਜੁਆਇਨ ਕਰ ਸਕਦੇ ਹੋ ਬੈਸਟ ਰਿਜ਼ਲਟ ਲਈ।